ਨੌਕਰੀ ਦੇ ਝਾਂਸੇ 'ਚ ਆ ਗਏ ਭੋਲੇ ਭਾਲੇ ਲੋਕ ਨਿੱਤ ਹੀ ਠੱਗ ਕਿਸਮ ਦੇ ਲੋਕਾਂ ਦਾ ਸ਼ਿਕਾਰ ਹੋ ਰਹੇ ਹਨ, ਪਰ ਲੋਕ ਫਿਰ ਵੀ ਇਹਨਾਂ ਦੇ ਅੜਿੱਕੇ ਆਉਣ ਤੋਂ ਬਚ ਨਹੀਂ ਪਾ ਰਹੇ। ਤਾਜ਼ਾ ਮਾਮਲਾ ਹੈ ਫਰੀਦਕੋਟ ਦਾ, ਜਿੱਥੇ ਪਿੰਡ ਮਚਾਕੀ ਦੇ ਰਹਿਣ ਵਾਲੇ ਨੌਜਵਾਨ ਨੂੰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ, ਜਿਸ ਵਿੱਚ ਕਰੀਬ 2.5 ਲੱਖ ਰੁਪਏ ਦੀ ਠੱਗੀ ਕੀਤੀ ਗਈ। ਇਹ ਪੈਸੇ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਨੌਕਰੀ ਲਗਵਾਉਣ ਦੇ ਨਾਮ 'ਤੇ ਲਏ ਗਏ ਸੀ। ਇਸ ਪੂਰੇ ਮਾਮਲੇ ਦੀ ਜਾਂਚ ਕਰਦੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਰੀਬ 3 ਵਿਅਕਤੀਆਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਨੋਟਿਸ ਵੀ ਜਾਰੀ ਕਰ ਦਿੱਤੇ ਹੈ। ਮੇਰਾ ਬੇਟਾ ਗੁਰਲਾਭ ਸਿੰਘ, ਭਤੀਜਾ ਗੁਰਵੀਰ ਸਿੰਘ ਅਤੇ ਇੱਕ ਭਤੀਜਾ ਮੇਰਾ ਲਵਪ੍ਰੀਤ ਸਿੰਘ ਅਤੇ ਨਾਲ ਸਾਡਾ ਪ੍ਰਾਹੁਣਾ ਗੁਰਪ੍ਰੀਤ ਸਿੰਘ, ਇਹਨਾਂ ਚਾਰਾਂ ਤੋਂ ਸਤਪਾਲ ਸਿੰਘ ਭੰਗੂ ਅਤੇ ਇਹਦਾ ਰਿਸ਼ਤੇਦਾਰ ਬੇਅੰਤ ਸਿੰਘ ਮੰਡ, ਇਹਨਾਂ ਨੇ ਸਰ ਬੇਅੰਤ ਸਿੰਘ ਮੰਡ ਨੇ ਅਤੇ ਸਤਪਾਲ ਸਿੰਘ ਭੰਗੂ ਨੇ ਸਾਡੇ ਮੁੰਡਿਆਂ ਨੂੰ ਮੈਡੀਕਲ ਕਾਲਜ ਦੇ ਵਿੱਚ ਨੌਕਰੀ 'ਤੇ ਲਾਉਣ ਖਾਤਰ ਸਾਡੇ ਤੋਂ 2,40,000 ਰੁਪਏ ਨਗਦ ਵਸੂਲੇ ਅਤੇ ਘਰ ਆ ਕੇ ਕਹਿੰਦੇ ਕਿ ਅਸੀਂ ਨੌਕਰੀ 'ਤੇ ਤੁਹਾਨੂੰ ਲਵਾਵਾਂਗੇ। ਸਾਡੇ ਬੱਚਿਆਂ ਦੀ ਔਨਲਾਈਨ ਇਹਨਾਂ ਨੇ ਪੁਲਿਸ ਰਿਪੋਰਟ ਵੀ ਕਰਵਾਈ, ਡਾਕਟਰੀ ਵੀ ਕਰਵਾਈ, 5-6 ਮਹੀਨੇ ਡਿਊਟੀ ਵੀ ਕਰਵਾਈ, ਹਾਜ਼ਰੀਆਂ ਲਵਾ ਕੇ ਇੱਧਰ ਉੱਧਰ ਕਰਕੇ ਮੋੜ ਦਿੰਦੇ ਰਹੇ, ਜਿਹਦੇ 'ਚ ਕੋਈ ਵੀ ਇਹਨਾਂ ਨੇ ਸਾਨੂੰ ਸਾਡੇ ਬੱਚਿਆਂ ਨੂੰ ਕੋਈ ਤਨਖਾਹ ਨਹੀਂ ਦਿੱਤੀ। ਲਾਉਣ ਦੀ ਗੱਲ ਕਹੀ ਕਿ ਸਿੱਧੇ ਹੁਣ ਤੱਕ 2,40,000 ਰੁਪਏ ਲਏ ਸਾਹਮਣੇ ਆਏ ਆ ਅਤੇ ਪਰ ਮੁਕੱਦਮੇ ਦੀ ਤਫਤੀਸ਼ ਜਾਰੀ ਹੈਗੀ ਹੈ ਅਤੇ ਹੋਰ ਵੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਪੈਸੇ ਦੇ, ਹੋਰ ਮੁਕੱਦਮੇ ਨਾਲ ਜੋੜ ਕੇ ਤਫਤੀਸ਼ ਕੀਤੀ ਜਾਵੇ। ਸਰ ਗ੍ਰਿਫਤਾਰੀ ਹੋਈ ਕੋਈ? ਇਹਦੇ ਵਿੱਚੋਂ ਸਤਪਾਲ ਸਿੰਘ ਅਤੇ ਬੇਅੰਤ ਸਿੰਘ, ਇਹਨਾਂ ਦੋਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ, ਭੁਪਿੰਦਰ ਸਿੰਘ ਨੂੰ ਇਹ ਨੋਟਿਸ ਵੀ ਨਹੀਂ ਮਿਲਿਆ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਜੀਵੇ ਪੰਜਾਬ ਟੀਵੀ।